ਗੁਰਦੁਆਰਾ ਸਾਹਿਬ ਤੇ ਹੈਡ ਕੰਤੀ ਜਿਹੜੇ ਤੁਹਾਨੂੰ ਜਦੋਂ ਤੁਸੀਂ ਜਾਂਦੇ ਸੀ ਤੇ ਉਹ ਲੋਕ ਲਾ ਲੈਂਦੇ ਸੀ ਕਿ ਤੁਸੀਂ ਮੱਥਾ ਨਹੀਂ ਟੇਕ ਸਕਦੇ ਇਸ ਚਾਹੀ ਹੈ। ਹਾਂਜੀ ਤੇ ਇਹਨਾਂ ਨੇ ਪੰਜ ਬੰਦਿਆਂ ਦੇ ਨਾਂ ਲਿਖ ਕੇ ਕੋਈ 3 ਸਾਲ ਪਹਿਲਾਂ ਗੁਰਦੁਆਰੇ ਤੇ ਲਾ ਦਿੱਤੇ ਸੀਗੇ ਅੱਗੇ ਗੇਟ ਤੇ ਕਿ ਇਹ ਬੰਦੇ ਗੁਰਦੁਆਰੇ ਦੇ ਵਿੱਚ ਵੜਨੇ ਨਹੀਂ ਚਾਹੀਦੇ। ਪੰਜ ਜਣਿਆਂ ਨੂੰ ਇਹਨਾਂ ਨੇ ਕਿਉਂ ਇਹ ਗੱਲ ਕਹੀ ਕਿ ਤੁਸੀਂ ਐਂਟਰ ਨਹੀਂ ਕਰ ਸਕਦੇ ਗੁਰਦੁਆਰਾ ਸਾਹਿਬ ਦੇ ਵਿੱਚ? ਇਹ ਆਪਣਾ ਉੱਥੇ ਕੰਟਰੋਲ ਰੱਖਣਾ ਚਾਹੁੰਦੇ ਸੀਗੇ। ਕਹਿੰਦਾ ਮੈਂ ਤੁਹਾਨੂੰ ਫੰਡ ਪਾਟ ਨਹੀਂ ਰੱਖਣ ਦੇਣਾ ਕਿਉਂਕਿ ਤੁਸੀਂ ਦੂਜੀ ਕਮੇਟੀ ਦੇ ਹੋ, ਮੈਨੂੰ ਆਪਣੀ ਕਮੇਟੀ ਤੋਂ ਪੁੱਛਣਾ ਪੈਣਾ ਹੈ। ਜੋ ਉਹਨੇ ਜਦੋਂ ਵਿਰੋਧ ਕੀਤਾ ਅਖੰਡ ਪਾਠ ਸਾਹਿਬ ਦਾ ਤੇ ਉਸ ਟਾਈਮ ਫਿਰ ਅਸੀਂ ਉਹਨੂੰ ਉਤਾਰ ਕੇ ਆਪਣਾ ਸਾਈਡ ਤੇ ਬਿਠਾਇਆ। ਤੁਹਾਡੇ ਤੇ ਇਹ ਇਲਜ਼ਾਮ ਹੈ ਕਿ ਤੁਸੀਂ ਗੁਰੂ ਘਰ ਦੀ ਜਿਹੜੀ ਗੋਲਕ ਵੇ ਉਸ ਦੇ ਉੱਪਰ ਬੈਠ ਕੇ ਉਸ ਦੇ ਉੱਤੇ ਤੁਸੀਂ ਗੁਰੂ ਘਰ ਦੀ ਗੋਲਕ ਦੇ ਉੱਤੇ ਬੈਠੇ ਨਜ਼ਰ ਆ ਰਹੇ ਹੋ, ਉਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਾਂਝਾ ਪੰਜਾਬ USA TV ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰ ਫਤਿਹ ਪਾਣ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਦਰਸ਼ਕੋ, ਹਮੇਸ਼ਾ ਅਸੀਂ ਤੁਹਾਨੂੰ ਜੋੜੀ ਰੱਖਦੇ ਹਾਂ ਪ੍ਰਦੇਸ਼ ਦੇ ਵਿੱਚ ਅਤੇ 7 ਸਮੁੰਦਰੋਂ ਪਾਰ ਜਿੱਥੇ ਜਿੱਥੇ ਵੀ ਅਸੀਂ ਪੰਜਾਬੀ ਸਾਰੇ ਬੈਠੇ ਹੋਏ ਹਾਂ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਮੇਂ ਸਮੇਂ ਤੇ ਜਿੱਥੇ ਅਸੀਂ ਇਸ ਕੰਟਰੀ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਤਰੱਕੀਆਂ ਕੀਤੀਆਂ ਹਨ, ਵੱਡੇ ਵੱਡੇ ਅਹੁਦਿਆਂ ਤੇ ਵੀ ਗਏ ਹਾਂ, ਬੜੇ ਬੜੇ ਬਿਜ਼ਨਸ ਵੀ ਕੀਤੇ ਹਨ ਅਤੇ ਆਪਣੇ ਹਰ ਜਗ੍ਹਾ ਜਿੱਥੇ ਅਸੀਂ ਪਹੁੰਚੇ ਅਸੀਂ ਆਪਣੇ ਜਿਹੜੇ ਗੁਰੂ ਘਰ ਵੀ ਤਿਆਰ ਕੀਤੇ ਹਨ ਜਿੱਥੇ ਕਿ ਸਾਡਾ ਦੁੱਖ ਸੁੱਖ ਜਿਹੜਾ ਵੀ ਕੋਈ ਵੀ ਕਾਰਜ ਹੁੰਦਾ ਹੈ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਰਦੇ ਹਾਂ। ਉਸ ਦੇ ਨਾਲ ਨਾਲ ਹੀ ਜਿੱਦਾਂ ਇੰਡੀਆ ਦੇ ਵਿੱਚ ਸਾਡੀਆਂ ਪੋਲੀਟੀਕਲ ਪਾਰਟੀਆਂ ਜਾਂ ਪਿੰਡਾਂ ਦੇ ਵਿੱਚ ਪਾਰਟੀਆਂ ਦੇ ਨਾਲ ਇੱਥੇ ਵੀ ਗੁਰੂ ਘਰਾਂ ਦੇ ਜਿਹੜੇ ਝਗੜੇ ਹਨ ਉਹ ਵੀ ਘੱਟ ਨਹੀਂ ਹੋਏ। ਸੋ ਅੱਜ ਮੈਂ ਫਿਰ ਗੱਲ ਕਰਨ ਜਾ ਰਿਹਾ ਹਾਂ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਲੀਹਾਈ ਵੈਲਿਊ ਨੈਗਰ ਜੋ ਕਿ ਪੈਨਿਸਲਵਾਨੀਆ ਦੇ ਵਿੱਚ ਹੈ। ਉੱਥੇ ਵੀ ਕਾਫੀ ਸਮੇਂ ਤੋਂ ਹੀ ਤੁਸੀਂ ਪਹਿਲਾਂ ਵੀ ਅਸੀਂ ਪ੍ਰੋਗਰਾਮ ਕੀਤੇ ਸੀ ਉਸ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਕਈ ਵਾਰੀ ਉੱਥੇ ਗੁਰਦੁਆਰਾ ਸਾਹਿਬ ਬੰਦ ਵੀ ਹੋਇਆ ਹੈ, ਆਪਸੀ ਝਗੜੇ ਤਕਰਾਰ ਦਾ ਕਾਰਨ ਵੀ ਬਣਿਆ ਹੈ। ਸੋ ਅੱਜ ਪਿੱਛੇ ਜੀ ਇੱਕ ਵੀਡੀਓ ਵੀ ਤੁਸੀਂ ਆਮ ਦੇਖੀ ਸੀ, ਬੜੀ ਵਾਇਰਲ ਹੋਈ ਸੀ ਕਿ ਉਸ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਤਕਰਾਰ ਦੇ ਨਾਲ ਨਾਲ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਉੱਤੇ ਵੀ ਵਿੱਚ ਬੈਠੇ ਸਨ। ਸੋ ਅੱਜ ਅਸੀਂ ਉਸ ਝਗੜੇ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਸਾਡੇ ਨਾਲ ਕਮਲਜੀਤ ਸਿੰਘ ਜੀ ਜੋਲੀ ਇਸ ਟਾਈਮ ਜੁੜ ਚੁੱਕੇ ਹਨ, ਉਹਨਾਂ ਨਾਲ ਗੱਲ ਕਰਦਾ। ਹਾਂਜੀ ਜੋਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਜੋਲੀ ਸਾਹਿਬ, ਗੁਰੂ ਨਾਨਕ ਸਿੱਖ ਸੁਸਾਇਟੀ ਲੀਹਾਈ 2005 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਸ਼ੁਰੂ ਹੋਇਆ ਸੀ ਬਿਲਡਿੰਗ ਬਣ ਕੇ, ਦੱਸੋਗੇ ਕਿ ਇਸ ਬਿਲਡਿੰਗ ਦੇ ਵਿੱਚ 2005 ਤੋਂ ਲੈ ਕੇ ਹੁਣ 2023 ਆ ਗਿਆ, ਸੋ ਬੜੀ ਵਾਰ ਇੱਥੇ ਦੇਖਿਆ ਹੈ ਕਿ ਸੰਗਤਾਂ ਦੇ ਵਿੱਚ ਅਤੇ ਗਰੁੱਪਾਂ ਦੇ ਵਿੱਚ ਇੱਥੇ ਝਗੜੇ ਜਿਹੜੇ ਹੁੰਦੇ ਰਹੇ ਹਨ। ਪਹਿਲਾਂ ਦੱਸੋ ਕਿ ਇਹ ਗੁਰਦੁਆਰਾ 2005 'ਚ ਬਣਿਆ ਸੀ, ਇਹਦੀ ਹਿਸਟਰੀ ਕੀ ਹੈ, ਕਿਸ ਤਰ੍ਹਾਂ ਇਹ ਗੁਰੂ ਘਰ ਬਣਿਆ ਸੀ? ਇਹ ਪਹਿਲਾਂ ਜੀ ਆਪਣਾ ਈਸਟਰਨ ਗਰਾਜ ਦੇ ਵਿੱਚ ਹੁੰਦਾ ਸੀਗਾ, ਸਰਦਾਰ ਸਰਵਣ ਸਿੰਘ ਦੀ ਗਰਾਜ ਸੀਗੀ, ਉੱਥੇ ਬੇਸਮੈਂਟ ਦੇ ਵਿੱਚ ਇਹ ਗੁਰਦੁਆਰਾ ਹੁੰਦਾ ਸੀਗਾ। ਅਤੇ ਉਸ ਤੋਂ ਬਾਅਦ ਅਸੀਂ ਉਸ ਟਾਈਮ ਇਨਵੋਲਵ ਨਹੀਂ ਸੀਗੇ, ਪਰ ਕਦੇ ਕਦੇ ਜਾਈਦਾ ਸੀਗਾ ਮੱਥਾ ਟੇਕਣ। ਅਤੇ 2003 ਦੇ ਕਰੀਬ ਜਾਂ ਉਸ ਟਾਈਮ ਜ਼ਮੀਨ ਖਰੀਦੀ ਸੀਗੀ ਕੋਈ 14 ਕਿੱਲੇ $1,70,000 ਦੀ। ਅਤੇ ਉਹਦੇ ਵਿੱਚ ਜਿਹੜੀ ਮੇਨ ਰੋਲ ਸੀਗਾ ਇੱਥੇ ਕੋਹਲੀ ਸਾਹਿਬ ਸੀਗੇ, ਪ੍ਰੀਤਮ ਸਿੰਘ ਕੋਹਲੀ, ਉਹ ਅੱਜ ਕੱਲ੍ਹ ਇਸ ਦੁਨੀਆ 'ਚ ਨਹੀਂ ਹੈਗੇ, ਉਹਨਾਂ ਦੇ ਸਦਕਾ ਸਾਰਾ ਕੁਝ ਹੋਇਆ ਸੀਗਾ। ਅਤੇ ਉਸ ਤੋਂ ਬਾਅਦ ਫਿਰ 2 ਸਾਲ ਲੱਗੇ ਪ੍ਰੋਜੈਕਟ ਤਿਆਰ ਹੋਣ ਨੂੰ, ਅਤੇ 2005 ਦੇ ਵਿੱਚ ਇਹ ਗੁਰਦੁਆਰਾ ਅਸੀਂ ਬਣਾਉਣਾ ਸ਼ੁਰੂ ਕੀਤਾ ਸੀਗਾ ਸੰਗਤਾਂ ਦੇ ਸਹਿਯੋਗ ਦੇ ਨਾਲ। ਹਾਂਜੀ, ਹੁਣ ਗੁਰਦੁਆਰਾ ਸਾਹਿਬ ਦੇ ਪਿੱਛੇ ਜੀ ਵੀ ਝਗੜੇ ਤੋਂ ਬਾਅਦ ਇੱਕ ਦੋ ਵਾਰੀ ਗੁਰਦੁਆਰਾ ਸਾਹਿਬ ਦੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਸ਼ਿਕਾਇਤਾਂ ਪਹੁੰਚੀਆਂ ਸੀ ਪਹਿਲਾਂ ਵੀ ਜਦੋਂ ਝਗੜਾ ਹੋਇਆ ਸੀ। ਹੁਣ ਪਿੱਛੇ ਜੀ ਤੁਹਾਡੇ ਲੱਗਦਾ ਸੀ ਕਿ ਕਮੇਟੀਆਂ ਦੋਨੇ ਬੜੀਆਂ ਸਮੂਥ ਚੱਲ ਰਹੀਆਂ ਹਨ, ਜਿਸ ਦੇ ਵਿੱਚ ਕਿ ਸ਼ਾਇਦ ਤੁਸੀਂ 4-4 ਜਿਹੜੇ ਬੰਦੇ ਦੋਨਾਂ ਗਰੁੱਪਾਂ ਦੇ ਜਿਹੜੇ ਪਾ ਰਹੇ ਸਨ, ਉਹ ਇੱਕਦਮ ਫਿਰ ਝਗੜੇ ਦਾ ਕਾਰਨ ਕੀ ਬਣਿਆ? ਉਹ ਏਦਾਂ ਸੀਗਾ ਜੀ, ਆਪਣਾ ਪਿਛਲੇ ਸਾਲ 2022 ਦੇ ਵਿੱਚ ਆਪਣੀਆਂ
ਕਮੇਟੀਆਂ ਇਕੱਠੀਆਂ ਹੋਈਆਂ ਸੀਗੀਆਂ, ਨਿਊਯਾਰਕ ਤੋਂ ਆਏ ਸੀਗੇ ਅਤੇ ਨਿਊਜਰਸੀ ਤੋਂ, ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਸੀਗਾ। ਥੋੜ੍ਹਾ ਜਿਹਾ ਮੈਂ ਤੁਹਾਨੂੰ ਪਿੱਛੇ ਲੈ ਜਾਂ ਕਿ ਸਾਡੇ ਇਹਨਾਂ ਨੇ 5 ਬੰਦਿਆਂ ਦੇ ਨਾਂ ਲਿਖ ਕੇ ਕੋਈ 3 ਸਾਲ ਪਹਿਲਾਂ ਗੁਰਦੁਆਰੇ ਤੇ ਲਾ ਦਿੱਤੇ ਸੀਗੇ ਅੱਗੇ ਗੇਟ ਤੇ, ਕਿ ਇਹ ਬੰਦੇ ਗੁਰਦੁਆਰੇ ਦੇ ਵਿੱਚ ਵੜਨੇ ਨਹੀਂ ਚਾਹੀਦੇ। ਉਹਦੇ ਵਿੱਚ ਜੀ ਮੇਰਾ ਨਾਮ ਸੀਗਾ ਕਮਲਜੀਤ ਸਿੰਘ, ਸਰਦਾਰ ਸਰਬਜੀਤ ਸਿੰਘ ਗਰੇਵਾਲ, ਗੁਰਜੀਤ ਸਿੰਘ ਵਿਰਕ, ਤਜਿੰਦਰ ਸਿੰਘ ਤੁੰਗ ਅਤੇ ਜਸਵਿੰਦਰ ਦਿਓਲ, ਸਾਡੇ 5ਾਂ ਦੇ ਨਾਂ ਇਹਨਾਂ ਨੇ ਲਾਏ ਸੀਗੇ। ਫਿਰ ਅਸੀਂ ਇਹਨਾਂ 'ਤੇ ਡੈਫੋਮੇਸ਼ਨ ਦਾ ਕੇਸ ਕੀਤਾ ਸੀਗਾ ਅਤੇ ਕੇਸ ਬਿਲਕੁਲ ਐਂਡ 'ਤੇ ਪਹੁੰਚਿਆ ਹੋਇਆ, ਡੈਫੋਮੇਸ਼ਨਸ ਹੋਈਆਂ, ਸਾਰਾ ਕੁਛ ਹੋਇਆ ਅਤੇ ਉਸ ਤੋਂ ਬਾਅਦ ਕੀ ਆ, ਲੇਕਿਨ ਇਹਨਾਂ ਦੇ ਝਗੜੇ ਚੱਲਦੇ ਰਹੇ। ਇਹ ਸਾਨੂੰ ਇਹਨਾਂ ਨੇ ਕੋਵਿਡ ਤੋਂ ਪਹਿਲਾਂ, ਇਹ ਜਿਸ ਤਰ੍ਹਾਂ ਅੱਜ ਵੀ ਇਹਨਾਂ ਨੇ ਸ਼ੁਰੂ ਕੀਤਾ ਹੈ, ਚਲੋ ਇਸ 'ਤੇ ਆਪਾਂ ਬਾਅਦ 'ਚ ਆਵਾਂਗੇ। ਇਹਨਾਂ ਨੇ ਪਹਿਲੀ ਗੱਲ ਤਾਂ ਜਿਹੜਾ ਪਾਠੀ ਸਿੰਘ ਸੀਗੇ ਉਹਨਾਂ ਦੇ ਨਾਲ ਇਹਨਾਂ ਨੇ ਲਗਾਤਾਰ, ਮਤਲਬ 2-2, 3-3 ਹਫ਼ਤੇ ਲਗਾਤਾਰ ਅਖੰਡ ਪਾਠ ਸਾਹਿਬ ਖੋਲ੍ਹਣੇ ਅਤੇ ਆਪਣਾ ਭੋਗ ਪਾ ਦੇਣਾ, ਫਿਰ ਖੋਲ੍ਹ ਲੈਣੇ, ਫਿਰ ਭੋਗ ਪਾ ਲੈਣਾ ਅਤੇ ਉੱਦਾਂ ਚੱਲਦਾ ਰਿਹਾ। ਉਸ ਤੋਂ ਬਾਅਦ ਕੋਵਿਡ ਆ ਗਈ ਅਤੇ ਕੋਵਿਡ ਦੇ ਵਿੱਚ ਇਹਨਾਂ ਨੇ, ਯਾਨੀ ਕਿ ਗੁਰਦੁਆਰਿਆਂ ਦਾ ਚਲੋ ਲੋਕ ਲੱਗਣਾ ਹੀ ਸੀ ਉਸ ਟਾਈਮ, ਕੁਛ ਟਾਈਮ ਇਹੋ ਜਿਹਾ ਸੀਗਾ ਅਤੇ, ਪਰ ਫਿਰ ਵੀ ਇਹ ਆਪ ਪ੍ਰੋਗਰਾਮ ਕਰਦੇ ਰਹੇ ਅਤੇ ਸਾਡੇ ਕਿਸੇ ਵੀ ਪਾਰਟੀ ਦੇ ਬੰਦੇ ਨੂੰ ਜਾਂ ਜਿਹੜਾ ਬੰਦਾ ਵੀ ਸਾਡੇ ਨਾਲ ਗੱਲ ਕਰਦਾ ਸੀਗਾ ਜਾਂ ਕੋਈ ਵੀ ਸਾਡੇ ਨਾਲ ਇਨਵੋਲਵ ਹੁੰਦਾ ਸੀਗਾ, ਉਹਨਾਂ ਨੂੰ ਇਹ 10 ਕੇ 12 ਘਰ ਹੈਗੇ ਆ ਅਤੇ ਹਰੇਕ ਦਾ ਨਾਂ ਨਹੀਂ ਲਊਂਗਾ ਮੈਂ, ਪਰ ਬਾਅਦ ਦੇ ਵਿੱਚ 2-3 ਘਰ ਹੈਗੇ ਆ ਜਿਨ੍ਹਾਂ ਦਾ ਮੈਂ ਨਾਂ ਵੀ ਲਿਆਂਗਾ। ਜਿਹੜਾ ਤੁਸੀਂ ਕਿਹਾ ਕਿ 5-5 ਜਣਿਆਂ ਨੂੰ ਕਮੇਟੀ ਚੋਂ 5 ਜਣਿਆਂ ਦੇ ਨਾਂ ਲਿਖ ਦਿੱਤੇ ਸੀ, ਉਹ ਕੀ ਕਾਰਨ ਬਣਿਆ? 5 ਜਣਿਆਂ ਨੂੰ ਇਹਨਾਂ ਨੇ ਕਿਉਂ ਇਹ ਗੱਲ ਕਹੀ ਕਿ ਤੁਸੀਂ ਐਂਟਰ ਨਹੀਂ ਕਰ ਸਕਦੇ ਗੁਰਦੁਆਰਾ ਸਾਹਿਬ ਦੇ ਵਿੱਚ? ਇਹ ਅੱਜ ਹੀ ਇਹ ਸਾਨੂੰ ਬਸ ਇਹ ਆਪਣਾ ਉੱਥੇ ਕੰਟਰੋਲ ਰੱਖਣਾ ਚਾਹੁੰਦੇ ਸੀਗੇ। ਅਸੀਂ ਜਿਹੜੀ ਵੀ ਕੋਈ ਗੱਲ ਕਰਦੇ ਸੀਗੇ ਵੀ ਕੌਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲੋ ਜਾਂ ਗੁਰੂ ਮਰਿਆਦਾ ਦੇ ਹਿਸਾਬ ਨਾਲ ਚੱਲੋ, ਇਹਨਾਂ ਨੇ ਆਪਣੀਆਂ ਮਨ ਮਰਜ਼ੀਆਂ ਉਹਦੇ ਹਿਸਾਬ ਨਾਲ ਇਹ ਚੱਲਦੇ ਰਹੇ। ਇਸ ਕਰਕੇ ਸਾਡਾ ਇਹਨਾਂ ਨਾਲ ਸ਼ੁਰੂ ਤੋਂ ਹੀ ਰੌਲਾ ਰਿਹਾ। ਪਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲਿਜਾਣਾ ਚਾਹੁੰਦਾ ਹੈ ਕਿ ਇਹ ਪ੍ਰੋਬਲਮ ਅਸਲ 'ਚ ਸ਼ੁਰੂ ਕਿਵੇਂ ਹੋਈ। ਸ਼ੁਰੂ ਇਹ ਹੋਈ ਜੀ 2007 ਦੇ ਵਿੱਚ, ਸਾਡੇ ਕੋਲ ਸਾਰੇ ਪਰੂਫ ਹੈਗੇ ਆ, ਰਿਟਨ 'ਚ ਹੈਗਾ। ਅਸੀਂ ਆਪਣਾ 11 ਮੈਂਬਰ ਸੀਗੇ ਅਤੇ 2 ਮੈਂਬਰ ਨਿਕਲ ਜਾਇਆ ਕਰਨਗੇ, ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਸੀਗਾ, ਅਤੇ 2 ਬੰਦੇ ਅੱਗੇ ਸੰਗਤ ਦੇ ਵਿੱਚੋਂ ਅਸੀਂ ਪਾ ਲਿਆ ਕਰਾਂਗੇ। ਪਹਿਲੀ ਵਾਰੀ 2007 ਦੇ 7 ਕੇ 9 ਦੇ ਵਿੱਚ, 9 ਦੇ ਵਿੱਚ 2 ਬੰਦੇ ਸੇਵਾ ਮੁਕਤ ਹੋਏ ਸੀਗੇ, ਉਹ ਸੀਗੇ ਸਰਦਾਰ ਸਰਵਨ ਸਿੰਘ ਅਤੇ ਪ੍ਰੀਤਮ ਸਿੰਘ ਕੋਹਲੀ। ਉਹ ਦੋਨੋਂ ਬੰਦੇ ਨਿਕਲ ਗਏ। ਅਸੀਂ ਉਸ ਟਾਈਮ ਕਮੇਟੀ ਦੇ ਵਿੱਚ ਨਹੀਂ ਸੀਗੇ, ਸਿਰਫ ਸੇਵਾ ਕਰੀ ਦੀ ਸੀਗੀ। ਫਿਰ ਸਾਰਿਆਂ ਨੇ ਸਾਨੂੰ ਜ਼ੋਰ ਪਾਇਆ ਵੀ ਤੁਸੀਂ ਵੀ ਵਿੱਚ ਆਓ। ਫਿਰ ਉਹਦੇ ਵਿੱਚ, ਉਸ ਤੋਂ ਬਾਅਦ ਮੈਂ ਉਹਦੇ ਵਿੱਚ ਆਇਆ, ਕਮਲਜੀਤ ਸਿੰਘ ਅਤੇ ਮੇਰਾ ਬ੍ਰਦਰ ਇਨ ਲਾਅ ਸੀਗਾ, ਜਿਹੜਾ ਕਿ ਸਾਰਿਆਂ ਨੇ ਮਤਲਬ ਕਿ ਕਿਹਾ ਕਿ ਤੁਸੀਂ ਆਪਣਾ ਕਮੇਟੀ 'ਚ ਆਓ, ਅਤੇ ਅਸੀਂ ਦੋਨੋਂ ਜਣੇ ਕਮੇਟੀ ਦੇ ਵਿੱਚ ਆ ਗਏ। ਅਤੇ ਉਸ ਤੋਂ ਅਗਲੇ ਸਾਲ, ਅਗਲੇ 2 ਸਾਲ ਬਾਅਦ, ਉਸ ਟਾਈਮ ਨਿਕਲਣ ਦੀ ਵਾਰੀ ਸੀਗੀ ਜੀ ਸਰਦਾਰ ਹਰਦਿਆਲ ਸਿੰਘ ਢਿੱਲੋਂ ਅਤੇ ਮਨਜੀਤ ਸਿੰਘ ਦੀ। ਅਤੇ ਇਹ ਲੋਕ ਇਹ ਕਹਿੰਦੇ ਵੀ ਅਸੀਂ ਤਾਂ ਨਿਕਲਣਾ ਨਹੀਂ, ਬਸ ਇੱਥੋਂ ਸਾਡਾ ਸਾਰਾ ਫਸਾਦ ਸ਼ੁਰੂ ਹੋ ਗਿਆ। ਕਿਹੜੇ ਸਾਲ ਦੀ ਗੱਲ ਹੈ? ਇਹ 2011 ਦੀ ਹੈ ਜੀ। ਤੇ ਹੁਣ ਜਿਹੜੇ 4-4 ਬੰਦੇ ਤੁਸੀਂ ਪਾਏ ਸੀ, ਕੀ ਤੁਹਾਡੇ ਵੱਲੋਂ ਉਹਨਾਂ ਦੇ ਵੱਲੋਂ ਇਲਜ਼ਾਮ ਲਾਇਆ ਗਿਆ ਸੀ ਕਿ ਤੁਹਾਡੇ ਵੱਲੋਂ ਸਟੇਜ ਦੇ ਉੱਤੇ ਹੀ ਅਨਾਉਂਸ ਕਰਕੇ ਜਿਹੜੀ ਪੁਰਾਣੀ ਕਮੇਟੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਆਪ ਹੀ ਆਪਣੀ ਕਮੇਟੀ ਬਣਾਏਗੀ, ਇੱਦਾਂ ਦੀ ਬਣਾਈ ਤੁਸੀਂ ਆਪਣੇ ਆਪ ਇੱਕ ਆਪਣੇ ਗਰੁੱਪ ਵੱਲੋਂ ਕੋਈ ਕਮੇਟੀ? ਨਹੀਂ, ਇਹ ਹੁਣ ਅਸੀਂ ਨਹੀਂ ਬਣਾਈ ਹੈਗੀ, ਲੇਕਿਨ 2 ਸਾਲ ਪਹਿਲਾਂ ਕੋਵਿਡ ਦੇ ਟਾਈਮ ਇਹਨਾਂ ਨੇ ਮਤਲਬ ਕਿ ਇੱਦਾਂ ਹੀ ਆਪਣਾ ਕੀ ਕਹਿੰਦੇ ਹਾਂ, ਮੀਟਿੰਗ ਕਰਕੇ, ਜਨਰਲ ਬਾਡੀ ਮੀਟਿੰਗ ਕਰਕੇ ਉੱਪਰ ਹਾਲ ਦੇ ਵਿੱਚ ਲਿਜਾ ਕੇ, ਉਹੀ ਇਹਨਾਂ ਦੀਆਂ ਫੈਮਲੀਆਂ ਸੀਗੀਆਂ ਅਤੇ ਹੋਰ 10-15-20 ਬੰਦੇ ਹੋਣੇ ਆ, ਉੱਥੇ ਇਹਨਾਂ ਨੇ ਆਪਣੀ ਕਮੇਟੀ ਅਨਾਊਂਸ ਕਰ ਲਿੱਤੀ ਸੀਗੀ। ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਹੈੱਡ ਗ੍ਰੰਥੀ ਸੀ, ਉਹਨਾਂ ਨੂੰ ਤੁਹਾਡੇ ਵੱਲੋਂ ਬਾਹਰ ਕੱਢਿਆ ਗਿਆ ਜਾਂ ਕਿਹੜੇ ਗਰੁੱਪ ਵੱਲੋਂ? ਨਹੀਂ ਜੀ, ਉਹ ਇੱਦਾਂ ਸੀਗਾ ਜੀ, ਉਹ ਦੂਜੇ ਗਰੁੱਪ ਦਾ ਹੀ, ਮਤਲਬ ਕਿ ਢਿੱਲੋਂ ਗਰੁੱਪ ਦਾ ਹੀ ਸੀਗਾ ਉਹ,
ਤੇ ਉਹ ਹਾਂਜੀ ਸਾਨੂੰ ਕਦੇ ਵੀ ਅੰਦਰ ਵੜਨ ਨਹੀਂ ਸੀ ਦਿੰਦਾ, ਸਾਨੂੰ ਦੇਖ ਕੇ ਜਿੰਦਾ ਲਾ ਲੈਂਦਾ ਸੀਗਾ ਤੇ ਵੀ ਜੇ ਅਸੀਂ ਆਉਂਦੇ ਹਾਂ ਤੇ ਫੋਨ ਔਨ ਕਰ ਲੈਣੇ ਉਹਨੇ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਰਜਿੰਦਰ ਸਿੰਘ ਬੈਦਵਾਨ, ਜਿਨ੍ਹਾਂ ਦਾ ਨਾਂ ਇਹ ਲੈ ਰਹੇ ਹਾਂ ਬਾਰ ਬਾਰ ਟਿਕਟੋਕ ਤੇ ਜਾਂ ਕੋਈ ਹੋਰ, ਤੇ ਉਹਨਾਂ ਨੇ ਅਖੰਡ ਪਾਠ ਸਾਹਿਬ ਰੱਖਣਾ ਸੀਗਾ ਤੇ ਉਹਦਾ ਸਾਡੇ ਕੋਲ ਕਲਿੱਪ ਆ ਗਿਆ ਹੈਗਾ। ਜਿਹੜੇ ਕੈਮਰੇ ਲਾ ਲੈ ਗਏ ਸੀਗੇ ਉਹ ਸਾਡੇ ਕੋਲ ਹੈਗੇ ਆ, ਅਸੀਂ ਕੱਲ੍ਹ ਜਾਂ ਪਰਸੋਂ ਤੱਕ ਉਹ ਵੀ ਪਬਲਿਸ਼ ਕਰ ਦਾਂਗੇ ਤਾਂ ਕਿ ਸਾਰਿਆਂ ਨੂੰ ਇਹ ਥੋੜ੍ਹਾ ਜਿਹਾ ਕਲਿੱਪ ਕੋਈ ਕੋਈ 25-30 ਸੈਕਿੰਡ ਦਾ ਇਹ ਦਿਖਾਉਂਦੇ ਹੈਗੇ ਹਾਂ, ਪਰ ਸਾਡੇ ਅਸੀਂ ਅਸੀਂ ਉਹ ਕਲਿੱਪ ਹੈਗਾ 5 ਮਿੰਟ ਦਾ ਤਕਰੀਬਨ, ਅਸੀਂ ਉਹ ਕੱਲ੍ਹ ਜਾਂ ਪਰਸੋਂ ਨੂੰ ਪਾ ਦਿਆਂਗੇ। ਉਹ ਇੱਦਾਂ ਹੋਈ ਸੀਗੀ ਜੀ, ਅਸੀਂ ਗਏ ਹਾਂ ਗੁਰਦੁਆਰੇ ਅਤੇ ਆਪਣਾ ਪ੍ਰਸ਼ਾਦ ਤਿਆਰ ਕੀਤਾ ਅਤੇ ਉਸ ਤੋਂ ਬਾਅਦ ਅਰਦਾਸ ਕੀਤੀ ਆ। ਜਦੋਂ ਅਰਦਾਸ ਕੀਤੀ ਹੈ ਉਸ ਤੋਂ ਬਾਅਦ ਉਹ ਭਾਈ ਬਲਜੀਤ ਸਿੰਘ ਸੀਗਾ ਅਤੇ ਉਹ ਜਾ ਕੇ ਆਪਣਾ ਉੱਥੇ ਆਪਣੇ ਪਾਵੇ ਫੜ ਕੇ ਬਹਿ ਗਿਆ ਅਤੇ ਇਸ ਕਰਕੇ ਨਾ ਮੈਂ ਤੁਹਾਨੂੰ ਅਖੰਡ ਪਾਠ ਨਹੀਂ ਰੱਖਣ ਦੇਣਾ ਕਿਉਂਕਿ ਤੁਸੀਂ ਦੂਜੀ ਕਮੇਟੀ ਦੇ ਹੋ, ਮੈਨੂੰ ਆਪਣੀ ਕਮੇਟੀ ਤੋਂ ਪੁੱਛਣਾ ਪੈਣਾ ਹੈ ਜੋ ਵੀ ਆ। ਪਹਿਲਾਂ ਉਹ ਕੁਛ ਨਹੀਂ ਬੋਲਿਆ ਪਰ ਬਾਅਦ ਦੇ ਵਿੱਚ ਉਹਨੇ ਜਦੋਂ ਵਿਰੋਧ ਕੀਤਾ ਅਖੰਡ ਪਾਠ ਸਾਹਿਬ ਦਾ ਅਤੇ ਉਸ ਟਾਈਮ ਫਿਰ ਅਸੀਂ ਉਹਨੂੰ ਉਤਾਰ ਕੇ ਆਪਣਾ ਸਾਈਡ 'ਤੇ ਬਿਠਾਇਆ, ਕੋਈ ਉਹਨੂੰ ਮਾਰਿਆ ਨਹੀਂ, ਕੋਈ ਕੁਛ ਨਹੀਂ, ਪਰ ਅਸੀਂ ਉਹ ਪੂਰਾ ਕਲਿੱਪ ਪਾਵਾਂਗੇ, ਕੱਲ੍ਹ ਤੱਕ ਪਾ ਦਾਂਗੇ, ਪਰਸੋਂ ਨੂੰ ਪਾ ਦਾਂਗੇ ਕਿਉਂਕਿ ਛੋਟਾ ਕਲਿੱਪ ਕਾਫੀ ਜਗ੍ਹਾ ਚੱਲ ਰਿਹਾ। ਨਹੀਂ ਕੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜਿਹੜੇ ਤੁਹਾਨੂੰ ਜਦੋਂ ਤੁਸੀਂ ਜਾਂਦੇ ਸੀ ਤੇ ਉਹ ਲੋਕ ਲਾ ਲੈਂਦੇ ਸੀ ਕਿ ਤੁਸੀਂ ਮੱਥਾ ਨਹੀਂ ਟੇਕ ਸਕਦੇ, ਇਹ ਸੱਚਾਈ ਹੈ? ਹਾਂਜੀ ਹਾਂਜੀ ਹਾਂਜੀ, ਅਸੀਂ ਕਹੇ ਹਾਂ ਮਤਲਬ ਕਿ ਦੇਖ ਕੇ ਸਾਨੂੰ ਲਾ ਲੈਂਦਾ ਸੀਗਾ, ਜੇ ਕੋਈ ਹੋਰ ਕੋਈ ਬਾਹਰਲੀ ਸੰਗਤ ਆਉਂਦੀ ਹੈ ਕੋਈ ਗੱਲ ਹੈ ਫਿਰ ਕੋਈ ਗੱਲ ਨਹੀਂ, ਅਦਰਵਾਈਜ਼ ਉਹ ਸਾਨੂੰ ਮਤਲਬ ਕਿ ਦੇਖ ਕੇ ਉਹਨੇ ਲੋਕ ਲਾ ਲੈਣਾ। ਅੱਛਾ, ਹੁਣ ਮੈਂ ਉਹਨਾਂ ਕਿ ਜਿਹੜੀ ਹੁਣ ਇੱਕ ਵਾਰੀ ਫਿਰ ਵੀਡੀਓ ਬੜੀ ਵਾਇਰਲ ਹੋਈ ਹੈ ਕਿ ਜਿਹੜਾ ਫਿਰ ਉਸ ਦਿਨ ਝਗੜਾ ਹੋਇਆ, ਤਕਰਾਰ ਹੋ ਰਿਹਾ, ਇੱਕ ਦੂਜੇ ਦੇ ਖਿਲਾਫ ਲੇਡੀਜ਼ ਵੀ ਬੋਲ ਰਹੀਆਂ, ਮਰਦ ਵੀ ਬੋਲ ਰਹੇ ਨੇ, ਤੇ ਜਿਹੜਾ ਤੁਹਾਡੇ ਵੱਲੋਂ ਤੁਹਾਡੇ ਤੇ ਇਹ ਇਲਜ਼ਾਮ ਹੈ ਕਿ ਤੁਸੀਂ ਗੁਰੂ ਘਰ ਦੀ ਜਿਹੜੀ ਗੋਲਕ ਵੇ ਉਸ ਦੇ ਉੱਪਰ ਬੈਠ ਗਏ, ਉਸ ਦੇ ਉੱਤੇ ਤੁਸੀਂ ਗੁਰੂ ਘਰ ਦੀ ਗੋਲਕ ਦੇ ਉੱਤੇ ਬੈਠੇ ਨਜ਼ਰ ਆ ਰਹੇ ਹੋ, ਉਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਉਹ ਇੱਕ ਬਹੁਤ ਮਾੜਾ ਲੱਗਦਾ ਜਦੋਂ ਗੋਲਕ ਦੇ ਉੱਤੇ ਆਪਾਂ ਬੈਠੇ ਹੋਏ। ਹਾਂਜੀ ਨਹੀਂ, ਬਿਲਕੁਲ ਸਹੀ ਗੱਲ ਆ ਜੀ ਤੁਹਾਡੀ, ਇਹ ਇਸ ਕਰਕੇ ਹੋਇਆ ਜੀ, ਅੱਜ ਤੋਂ ਜਦੋਂ ਲਾਸਟ ਈਅਰ ਮੈਂ ਤੁਹਾਨੂੰ ਦੱਸ ਰਿਹਾ 2022 ਦੇ ਵਿੱਚ ਜਦੋਂ ਸਾਂਝੀ ਕਮੇਟੀ ਬਣੀ ਸੀ, 4 ਬੰਦੇ ਉਹਨਾਂ ਦੇ ਪਾਏ ਸੀਗੇ, 4 ਬੰਦੇ ਸਾਡੇ ਪਾਏ ਸੀਗੇ, ਜਿਹੜੇ ਉਹਨਾਂ ਦੇ 4 ਬੰਦੇ ਪਾਏ ਸੀਗੇ ਉਹ ਬੰਦੇ ਮਤਲਬ ਕਿ ਹੁਣ ਕਹਿਣਾ ਤਾਂ ਨਹੀਂ ਚਾਹੀਦਾ, ਉਹ ਵਿਚਾਰੇ ਇੱਕ ਅੱਗੇ ਫਰੰਟ ਲਾਈਨ 'ਤੇ ਇਹਨਾਂ ਨੇ ਲਿਆਂਦੇ ਆ, ਉਹਨਾਂ ਦਾ ਇੰਨਾ ਕੋਈ ਜ਼ਿਆਦਾ ਰੋਲ ਨਹੀਂ ਸੀਗਾ, ਅਚਾਨਕ ਹੀ ਸਾਡੀ ਗੱਲ ਵੀ ਹੁੰਦੀ ਰਹੀ ਆ ਉਹਨਾਂ ਨਾਲ, ਚਲੋ ਮੇਰੀ ਤਾਂ ਨਹੀਂ ਉਹਨਾਂ ਨਾਲ ਵਿਚਾਰਿਆਂ ਨਾਲ ਹੁੰਦੀ, ਬਹੁਤ ਘੱਟ ਹੁੰਦੀ ਆ, ਕਿਉਂਕਿ ਕਿਹਾ ਸੀਗਾ ਕਿ ਕਮੇਟੀ ਦੇ ਕੰਮ ਦੇ ਵਿੱਚ ਤੁਸੀਂ ਦਖਲਅੰਦਾਜ਼ੀ ਨਹੀਂ ਕਰਨੀ, ਪਰ ਉਹ ਕੀ ਹੋਇਆ ਸੀ ਜੇ ਨਾ ਤਾਂ ਕਿਉਂਕਿ ਉਹ ਕੰਟਰੋਲ ਪਿੱਛੋਂ ਹੋ ਰਿਹਾ ਸੀਗਾ, ਨਾ ਤਾਂ ਉਹਨਾਂ ਨੇ ਜਿਹੜੀਆਂ ਉੱਥੇ ਕੰਡੀਸ਼ਨਾਂ ਹੋਈ, ਪਹਿਲੀ ਕੰਡੀਸ਼ਨ ਤਾਂ ਇਹ ਹੋਈ ਸੀ ਵੀ ਜਿਹੜੇ ਸਾਡੇ ਕੇਸ ਚੱਲਦੇ ਆ ਵੀ ਉਹ ਤੁਸੀਂ ਵਾਪਸ ਲਿਓ, ਅਸੀਂ ਕਿਹਾ ਜੀ ਅਸੀਂ ਵਾਪਸ ਲੈ ਲਾਂਗੇ ਜਦੋਂ ਸਾਰਾ ਕੁਛ ਹੋ ਗਿਆ ਅਤੇ ਆਪਣਾ, ਪਰ ਲੇਕਿਨ ਸਾਡੇ ਵੱਲੋਂ ਅਸੀਂ ਕੇਸ ਪੌਜ਼ ਕਰ ਦਿੰਦੇ ਹਾਂ, ਅਸੀਂ ਬਿਲਕੁਲ ਇਹਦੇ ਬਾਰੇ ਕਿਉਂਕਿ ਡੈਫਾਮੇਸ਼ਨਸ ਵਗੈਰਾ ਸਾਰੀਆਂ ਚੱਲ ਰਹੀਆਂ ਸੀਗੀਆਂ ਵਕੀਲਾਂ ਦੇ ਨਾਲ ਸੀਗੀਆਂ, ਅਤੇ ਉਹਦੇ ਵਾਸਤੇ ਮੈਂ ਕਿਹਾ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ, ਅਸੀਂ ਉਸੇ ਟਾਈਮ ਆਪਣੇ ਵਕੀਲ ਨੂੰ ਕਾਲ ਕਰਕੇ ਅਸੀਂ ਸਭ ਕੁਛ ਰੋਕਤਾ, ਪਰ ਉਹਨਾਂ ਦਿਨਾਂ ਦੇ ਦੌਰਾਨ ਹੀ ਜਿਹੜੀ ਉਹ ਗਿਆਨੀ ਜੀ ਸੀਗੇ ਬਲਜੀਤ ਸਿੰਘ, ਉਹਨਾਂ ਦੇ ਆਪਣਾ ਨਾਲ ਉਹ ਕੇਸ ਹੋ ਗਿਆ, ਅਤੇ ਇਹਨਾਂ ਨੇ ਕੇਸ ਰਜਿਸਟਰ ਕਰਕੇ ਇਹ ਸਾਨੂੰ ਇਹਨਾਂ ਨੇ ਕਿਹਾ, ਭਰੋਸਾ ਦਿੱਤਾ ਸੀਗਾ ਵੀ ਅਸੀਂ ਇਹ ਕੇਸ ਅੱਗੇ ਨਹੀਂ ਲਿਜਾਵਾਂਗੇ, ਪਰ ਉਹ 2-3 ਮਹੀਨੇ ਬਾਅਦ ਹੀ ਉਹਦੀ ਤਰੀਕ ਸੀਗੀ ਅਤੇ ਫਿਰ ਅਸੀਂ ਉਹ ਤਰੀਕ 'ਤੇ ਗਏ ਹਾਂ, ਅਤੇ ਉਹਦੇ ਕਰਕੇ ਵੀ ਸਾਨੂੰ ਥੋੜ੍ਹਾ ਜਿਹਾ ਲੱਗਦਾ ਸੀਗਾ ਵੀ ਇਹ ਅੱਜ ਉਹਨਾਂ ਕੋਲ ਇੱਕੋ ਸੀਗਾ ਸਾਡਾ ਕਿ ਇਹ ਜਿੱਥੇ ਕੇਸ ਵਾਪਸ ਨਹੀਂ ਹੁੰਦੇ ਉਸ ਟਾਈਮ ਤੱਕ ਹੀ ਹੈ, ਨਹੀਂ ਤਾਂ ਇਹਨਾਂ ਨੇ ਪਹਿਲੇ ਅਸੀਂ ਪਹਿਲਾਂ ਹੀ ਕੇਸ ਵਾਪਸ ਲੈ ਲੈਂਦੇ, ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਰੌਲਾ ਪਾ ਲੈਣਾ ਸੀਗਾ। ਸੋ ਨਾ ਤਾਂ ਇਹਨਾਂ ਨੇ ਸਾਨੂੰ ਬੈਂਕ ਅਕਾਊਂਟ ਦਿੱਤੇ, ਨਾ ਕੋਈ ਅੱਜ ਤੱਕ ਕੋਈ ਕੋਈ ਆਪਣਾ ਸਟੇਟਮੈਂਟ ਦਿੱਤੀ, ਉਹਦੇ ਵਿੱਚ ਇਹ ਸੀਗਾ ਜੀ ਇੱਕ ਬੰਦਾ ਇਹਨਾਂ ਦਾ ਸਾਈਨ ਕਰੇਗਾ, ਇੱਕ ਬੰਦਾ ਸਾਈਨ ਸਾਡਾ ਕਰੇਗਾ, ਉਹ ਨਹੀਂ ਇਹਨਾਂ ਨੇ ਕੀਤਾ। ਅਤੇ ਜਿਹੜੀ ਗੋਲਕ ਸੀਗੀ, ਹੁਣ ਗੋਲਕ 'ਤੇ ਆਉਂਦੇ ਹਾਂ ਆਪਾਂ, ਅਸੀਂ ਸਾਰੇ ਗੁਰਦੁਆਰੇ ਦੇ ਲੋਕ ਚੇਂਜ ਕਰ ਦਿੱਤੇ ਸੀਗੇ ਸਾਡੀ ਪਾਰਟੀ ਨੇ, ਜਿਸ ਦਿਨ ਫੈਸਲਾ ਹੋਇਆ ਅਸੀਂ ਇਹਨਾਂ ਨੂੰ ਹਰੇਕ ਚੀਜ਼ ਦੀ ਇੱਕ ਇੱਕ ਚਾਬੀ ਦੇ ਦਿੱਤੀ, ਪਰ ਇਹਨਾਂ ਨੇ ਸਾਨੂੰ ਗੋਲਕ ਦੀ ਚਾਬੀ ਨਹੀਂ ਦਿੱਤੀ ਵੀ ਜਾਂ ਮਤਲਬ ਕੋਈ ਵੀ ਡੁਪਲੀਕੇਟ ਚਾਬੀ ਹੈ, ਜੇ 2-2, 3-3 ਸੀਗੀਆਂ ਅਤੇ ਉਹ ਮਤਲਬ ਅਸੀਂ ਇਹਨਾਂ ਨੂੰ ਮਤਲਬ ਕਿ ਪ੍ਰੋਵਾਈਡ ਕਰਤੀਆਂ ਸੀਗੀਆਂ,
कोई कैमरा रूम आ, कोई होर किचन है, और फ्रंट काउंटर हैगा तो उत्ते दरबार हॉल के उत्ते बनया होया उन्होंने करती, तो लेकिन इन्होंने सानू कोई चाबी नहीं दिती, तो इस करके दोबारा मतलब ये होया। तो सत्त तरीक न, 8 दिसंबर न संडे सी, आई थिंक, हाँ संडे 8 तरीक न, जो सवेरे जिमें साडे बंदे भी काउंटर खोलते हैं, इन्हां दे बंदे भी काउंटर खोलते है, तो वो मतलब ये कहने जी चलो जी असी तो अपनी कमेटी नवी बना ली, इस करके द्वारा ये झगड़ा होया। कोई इन्हां ने कमेटी अनाउंस नहीं की, कोई कुछ नहीं की, लेकिन असी उस दिन असी अपनी नवी कमेटी बना के, तो असी अपनी 14 बंदियां की कमेटी असी अनाउंस करन तो बाद अरदास करके तो दसता सीगा, तो असी उस टाइम असी क्या तुसी गोलक नहीं खोलनी, तो पुलिस आई झगड़ा होया, तो लेकिन ये कहने से गोलक खोलनी है, तो असी उन्होंने गोलक, मैं कहा भी गोलक तो असी खोलन नहीं देनी, तो भी या तो पैसे तुसी अपना ताला लगे असी ताला ला लेने, ना तुसी खोलो ना असी खोलांगे, पर जेड़ा भी कोई बिल होगा गुरुद्वारे का सानू बिल दो, 50% असी देवे, 50% तुसी दो, जेड़ा पैसा बैंक च पिया बैंक च पिया रहे, जेड़ा गोलक चाह गोलक च। पर उत्थे झगड़ा वाधा गया, तो उस करके फिर पुलिस ने उत्थे जिंदा लाता, जिंदा लाने तो बाद जिन्ने पैसे उस निकले से 1469 डॉलर निकले से उस दिन के गले चो, वो पुलिस ने अपने को रख ले, तो उन्होंने जब्त कर ले से। देखो 1469 डॉलर सी गोलक दे विच, इस हाँ गल जी दे उत्ते दोनों ग्रुप जिहड़े ही सहमत नहीं हो सके, है ना। पर हाँ जी 1469 बदले जदों गोलक दा आपां देखिया सारी दुनिया दे विच इक बड़ा रौला पिया, भी जे दोनों ग्रुप सहमत हो जांदे तां वधिया गल सी, इत्थों तक जिहड़ा इह तमाशा ना बनदा। पर तुहानूं तुहाडे कोल होर कोई चारा नहीं सी, है ना, गोलक नूं रोकण दा। साढ़े कोई चारा नहीं सी, असीं तां कहिंदे सी गोलो खोलो ही ना तुसीं, वी पए रहिण दो। पहलां वी जदों स्टार्टिंग दे विच 2 हफ्ते मतलब गोलो किसे ने नहीं खोली। जे वो गोलक होता, जे आपां देखदे जे गोलक पहला भी सारी उहनां दे कोल ही सी, 1469 डॉलर कोई एडी वड्डा गल भी नहीं सी कोई। की ख्याल तुहाडा? नहीं वो ठीक है जी, पर गल ये हैगी है कि जब सानू किसे हथ पला फड़ाते ही नहीं, ना कोई गल करते हैं ना कोई, और जदों भी आने हैं गल करन आने हैं तो ठीक है, असी मैं साफ कह रहा हैं, कमिट कर रहे हैं कि मैं थोड़ा जहा गर्म बोलदा जी, सीधी गल है, पर गर्म इस करके बोलदा है कि जेडे गुरुद्वारे दे विच गलत काम हो रहे हैं मैं उन्होंने रोकदा है, ना कि मन सानू कोई पैसे की भुखा या कोई गल है। असी तो अज तक वो कमेटी वाले दूजे बंदे कह देन भी कदे कोई कमेटी का पैसा लेके गए, कदे गल्ला खोलिया होवे, कदे कोई हिसाब करिया होवे, ते असी मैं अज तक कदी हाथ नहीं लाया। समा दी जदों पैसे कदे घट भी जाते सीगे ते उन्होंने कहना भाई इन्ने पैसे घट गए, महा लाओ भाई, ते जिहड़ा ये इल्जाम ला रहे हैं कि गले ते बैठे हैं, एक गोलक का मसला, एक गोलक का मसला नहीं है जी, ये एक अणख इज्जत ते बाबा जी दे घर मतलब कि गुरुद्वारे नूं साडा भी ठीक ढंग नाल चले, ओहदा झगड़ा साडा होर कोई झगड़ा नहीं हैगा। उथे किन्ने क परिवार होणगे तुहाडे, जिहड़ा हैगा वे लीहाई वैली पेंसिलवानिया, जिथे ये गुरद्वारा साहब दा, जिथे ये सारा जिहड़ा अजे जिहड़ा मुद्दा सुलझ नहीं रहा गुरद्वारा साहब दा, कमेटी दा, ये किन्निया क फैमिलियां होणगियां उथे? गल इदा जी, ये है 10-12 परिवार, ये सोचते हैं कि मतलब कि साढ़े नाल संगत बहुत जुड़ी हुई है, एक कोई गल है, पर अंदरों टोटल आवाजा किन्ने आ क रही है टोटल किन्ने क परिवार होणगे जिहड़े गुरद्वारा साहब दा संबंधित, जिहड़े उथों दी इदा संगत जी। है? साढ़े अपना इत्थे कोई 2 गुरुद्वारे बन गए जी, पहला इन्हां दी ये ढिल्लों की मेहरबानी हुई है जी, पहला साढ़े अपना हरदयाल सिंह ढिल्लों की, ते मनजीत सिंह की, भी जेडे पहला 2 गुरुद्वारे बने हैं, हुण कोई साढ़े कोल हैगा 250 परिवार इत्थे, जेडे 50 तो लेके 60 परिवार उधर जाने हैं, बाकी 200 परिवार इधर हैगा, ते इन्ने एक परिवार होने हैं जी, बाकी कदे गिणती का कदे करी नहीं हैगी जी। कि 200 परिवार किसी भी एक स्टेज ते बैठ के मसला जिहड़ा ये नहीं हल कर सके, तां करके ये जिहड़ा झगड़ा जिहड़ा दिनों दिन वधदा जा रिहा। हाँ जी, ते इस हुण हुण की सीगा, अज की होण दी की सिचुएशन है, क्योंकि हुण उस तों हुण दी बाद तुसीं सिचुएशन हाले गुरद्वारा मैनू साहब नूं हाले ताले लग मैनू गए पता सी। नहीं जी, मैं गुरुद्वारे गया नहीं, क्योंकि वकील ने कहा सीगा सानू साडी मीटिंग्स की जिहड़ी कल,
ਤੇ ਉਹਨੇ ਸਾਨੂੰ ਵਕੀਲ ਨੇ ਕਿਹਾ ਸੀਗਾ ਡੀਏ ਨੇ ਆਰਡਰ ਕੀਤੇ ਆ ਵੀ ਤੁਸੀਂ ਗੁਰਦੁਆਰੇ ਚਾਰ ਪੰਜ ਬੰਦੇ ਨਹੀਂ ਜਾਇਓ ਸਾਡੀ ਅਗਲੇ ਬੁੱਧਵਾਰ ਨੂੰ ਫਿਰ ਡੀਏ ਦੇ ਨਾਲ ਮੀਟਿੰਗ ਆ ਦੋ ਬੰਦੇ ਉਹਨਾਂ ਦੇ ਆਣੇ ਆ ਦੋ ਬੰਦੇ ਸਾਡੇ ਹੁਣ ਜਾਣੇ ਆ ਤੇ ਵਕੀਲ ਹੋਣਗੇ ਤੇ ਇਸ ਕਰਕੇ ਅਸੀਂ ਗਏ ਨਹੀਂ ਗੁਰਦੁਆਰੇ ਬਾਕੀ ਤਾਲਾ ਲਾਇਆ ਸੀਗਾ ਪਤਾ ਨਹੀਂ ਤੋੜਿਆ ਤਾਲਾ ਉਹਨਾਂ ਪੁਲਿਸ ਨੇ ਤਾਲਾ ਲਾਤਾ ਸੀ ਹਾਂਜੀ ਪੁਲਿਸ ਨੇ ਤਾਲਾ ਲਾਇਆ ਸੀ ਪੁਲਿਸ ਤਾਲਾ ਲਾ ਕੇ ਚਾਬੀ ਲੈ ਕੇ ਗਈ ਆ ਨਹੀਂ ਇੱਕ ਚਾਬੀ ਸਾਡੇ ਕੋਲ ਆ ਇੱਕ ਚਾਬੀ ਉਹਨਾਂ ਨੂੰ ਦੇਤੀ ਸੀ ਨਹੀਂ ਦਿੱਤੀ ਨਹੀਂ ਯਾ ਦਿੱਤੀ ਨਹੀਂ ਹੈਗੀ ਉਹਨਾਂ ਨੂੰ ਚਾਬੀ ਜਿਹੜੇ ਗੁਰਦੁਆਰਾ ਸਾਹਿਬ ਜਿੱਥੇ ਹੈੱਡ ਗ੍ਰੰਥੀ ਉਹ ਬਾਹਰ ਨਾ ਕਿ ਉਹ ਅੰਦਰ ਹੀ ਗੁਰਦੁਆਰਾ ਸਾਹਿਬ ਦੇ ਹੁਣ ਅੰਦਰ ਹੀ ਹੈ ਜੀ ਤੇ ਜਿਹੜਾ ਅੰਦਰ ਮਹਾਰਾਜ ਦਾ ਪ੍ਰਕਾਸ਼ ਹੈ ਜਾਂ ਹੋਰ ਜਿਹੜੀਆਂ ਮਹਾਰਾਜ ਦੀਆਂ ਪੀੜਾਂ ਉਹਨਾਂ ਦਾ ਉਹ ਕਿਸ ਤਰ੍ਹਾਂ ਹੋ ਰਿਹਾ ਉੱਥੇ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਹੋ ਰਿਹਾ ਸਾਰਾ ਰੋਜ਼ ਹਾਂਜੀ ਪ੍ਰਕਾਸ਼ ਹੋ ਰਿਹਾ ਜੀ ਸਾਰਾ ਕੁਝ ਉਦਾਂ ਹੀ ਹੈਗਾ ਪੰਜ ਪੰਜ ਕੇ ਛੇ ਸਾਡੇ ਕੋਲ ਬੀੜਾਂ ਹੈਗੀਆਂ ਤੇ ਹੈੱਡ ਗ੍ਰੰਥੀ ਕੋਈ ਨਹੀਂ ਹੈਗਾ ਇੱਥੇ ਤੇ ਹੁਣ ਜਸਟ ਟੈਂਪਰੇਰੀ ਬੇਸ ਤੇ ਇਹ ਲੈ ਕੇ ਆਏ ਹੈਗੇ ਤੇ ਉਹ ਵੀ ਮਤਲਬ ਕਿ ਸਾਨੂੰ ਤਾਂ ਕਹਿੰਦੇ ਆ ਕਿ ਅਸੀਂ ਚਲੇ ਜਾਣਾ ਜੀ ਇੱਥੇ ਝਗੜਾ ਬਹੁਤ ਹੈ ਬਾਕੀ ਪਤਾ ਨਹੀਂ ਜੀ ਲੱਗਦਾ ਵੀ ਕਿਹੜਾ ਬੰਦਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਡੇ ਕੋਲ ਸੱਚੀਆਂ ਗੱਲਾਂ ਜਿਹੜੀ ਮਰਜ਼ੀ ਪੁੱਛ ਲਓ ਨਾ ਆਪਾਂ ਕੋਈ ਚੋਰੀ ਕਰਨੀ ਆ ਨਾ ਕੀਤੀ ਆ ਤੇ ਇਸ ਟਾਈਮ ਆਮ ਸੰਗਤ ਲਈ ਉਹਨਾਂ ਨੇ ਤਾਲਾ ਲਾਤਾ ਸੀ ਤੇ ਬਾਕੀ ਜਿਹੜਾ ਉੱਥੇ ਉਦਾਂ ਜਿਹੜੇ ਹੈ ਗ੍ਰੰਥੀ ਸਾਹਿਬਾਨ ਉਹ ਸੇਵਾ ਕਰ ਰਹੇ ਹਾਂਜੀ ਉਹ ਆਉਂਦੇ ਆ ਤੇ ਉਹ ਸੇਵਾ ਮਤਲਬ ਕਿ ਟੈਂਪਰੇਰੀ ਆ ਉਹ ਪਿਛਲੇ ਹਫ਼ਤੇ ਦੋ ਸੀਗੇ ਜਿਹੜੇ ਉਹ ਚਲੇ ਗਏ ਉਹ ਕਹਿੰਦੇ ਅਸੀਂ ਰਹਿਣਾ ਨਹੀਂ ਫਿਰ ਹੁਣ ਅਸੀਂ ਸਾਨੂੰ ਡੀਏ ਨੇ ਮਨਾ ਕੀਤਾ ਵੀ ਤੁਸੀਂ ਦੋ ਤਿੰਨ ਦਿਨ ਜਾਇਓ ਨਾ ਜਿੱਥੇ ਮੀਟਿੰਗ ਨਹੀਂ ਹੁੰਦੀ ਇਸ ਕਰਕੇ ਅਸੀਂ ਗਏ ਨਹੀਂ ਜੀ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈਗੀ ਠੀਕ ਔਰ ਨਾ ਹੀ ਕੀ ਹੁਣ ਕਿਸੇ ਨਾਲ ਗੱਲ ਹੋਈ ਹੈ ਹਾਂ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸੋਚਦੇ ਹੋ ਵੀ ਕਿਸ ਤਰੀਕੇ ਦੇ ਨਾਲ ਕੋਈ ਏਦਾਂ ਦਾ ਤੁਹਾਡੇ ਮਾਈਂਡ ਚ ਜਾਂ ਤੁਹਾਡੇ ਗਰੁੱਪ ਵੱਲੋਂ ਏਦਾਂ ਦੀ ਗੱਲ ਹੋਵੇ ਜਿਸ ਦੇ ਨਾਲ ਇਹ ਜਿਹੜਾ ਮਸਲਾ ਹੱਲ ਹੋ ਸਕੇ ਸੋ ਸਾਰੀ ਸੰਗਤ ਹੀ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਸੰਗਤ ਟੁੱਟੇ ਵੀ ਨਾ ਗਰੁੱਪਾਂ ਜੀ ਵਿੱਚ ਵੀ ਨਾ ਹੋਵੇ ਸੋ ਸਾਰੇ ਰਲ ਮਿਲ ਕੇ ਉੱਥੇ ਛੋਟੀ ਜਿਹੀ ਇੱਕ ਦੁਨੀਆ ਵੇ ਉਹਦੇ ਵਿੱਚ ਸਾਰੇ ਜਾ ਸਕਣ ਤੁਹਾਨੂੰ ਕੀ ਤੁਹਾਡੇ ਕੋਲ ਕੋਈ ਏਦਾਂ ਦਾ ਆਈਡੀਆ ਜਾਂ ਕੋਈ ਏਦਾਂ ਦਾ ਸੁਝਾਅ ਵੀ ਜਿਹਦੇ ਨਾਲ ਸਾਰੀ ਸੰਗਤ ਇਕੱਠੀ ਹੋ ਸਕੇ ਕੋਈ ਗੱਲ ਏਦਾਂ ਦੀ ਕਰ ਸਕਦੇ ਤੁਸੀਂ ਨਹੀਂ ਉਹ ਤਾਂ ਗੱਲ ਠੀਕ ਹੈ ਜੀ ਪਰ ਇਹ ਜਿਹੜੇ ਵੀ ਪੁੱਠੇ ਸਿੱਧੇ ਕੰਮ ਕਰਦੇ ਆ ਜੀ ਸਿੱਧੀ ਗੱਲ ਆ ਮਤਲਬ ਕਿ ਥੋੜਾ ਜਿਹਾ ਐਕਸਕਿਊਜ਼ ਮਾਈ ਲੈਂਗੁਏਜ ਪੁੱਠੇ ਸਿੱਧੇ ਦਾ ਕੀ ਮਤਲਬ ਪੁੱਠੇ ਸਿੱਧੇ ਕੀ ਮਤਲਬ ਗੁਰੂ ਦੀ ਆੜ ਦੇ ਵਿੱਚ ਇਹ ਕੰਮ ਕਰਦੇ ਆ ਦੇਖੋ ਹੁਣ ਵੀਰਵਾਰ ਨੂੰ ਤੁਸੀਂ ਜਾਂ ਤਾਂ ਕਿਸੇ ਦੇ ਕੋਈ ਵੈਸੇ ਖੁਸ਼ੀ ਹੋਵੇ ਜਾਂ ਕੋਈ ਮਰਗ ਹੋ ਗਿਆ ਹੋਵੇ ਜਾਂ ਕੋਈ ਵੀ ਚਲੋ ਸੈਟਰਡੇ ਨੂੰ ਅਖੰਡ ਪਾਠ ਸਾਹਿਬ ਆਰੰਭ ਕਰ ਮਤਲਬ ਕਿ ਭੋਗ ਪਾ ਲਓ ਇਹਨਾਂ ਨੇ ਵੀਰਵਾਰ ਨੂੰ ਮਤਲਬ ਕਿ ਦੇਖੋ ਇਹਨਾਂ ਤੋਂ ਇੰਨਾ ਸਬਰ ਨਹੀਂ ਹੋਇਆ ਕਿ ਵੀ ਵੀਰਵਾਰ ਨੂੰ ਅਖੰਡ ਪਾਠ ਸਾਹਿਬ ਰੱਖ ਕੇ ਅੱਜ ਸਵੇਰੇ ਭੋਗ ਪਾਇਆ ਅਤੇ ਮੈਨੂੰ ਪਤਾ ਨਹੀਂ ਸ਼ਾਇਦ ਅੱਜ ਇਹਨਾਂ ਨੇ ਦੁਬਾਰਾ ਫਿਰ ਅਖੰਡ ਪਾਠ ਸਾਹਿਬ ਰੱਖਤੇ ਉੱਥੇ ਹੁਣ ਜੇ ਕੱਲ੍ਹ ਦਾ ਦੀਵਾਨ ਕਿਵੇਂ ਲੱਗੂਗਾ ਮੈਨੂੰ ਨਹੀਂ ਪਤਾ ਹਾਲੇ ਮਤਲਬ ਕਿ ਲੱਗ ਜੂ ਪਤਾ ਵੀ ਕਿਵੇਂ ਆ ਪਰ ਇਹ ਕੋਈ ਬੰਦਿਆਂ ਵਾਲੀ ਗੱਲ ਥੋੜ੍ਹੀ ਨਾ ਜੀ ਮਤਲਬ ਕਿ ਵੀ ਉਹਨੂੰ ਗੁਰੂ ਦੀ ਆੜ ਗੁਰੂ ਆਪਣਾ ਵੀ ਤਾਂ ਕਿ ਉੱਥੇ ਬੇਅਦਬੀ ਨਾ ਹੋਵੇ ਕੱਲ੍ਹ ਨੂੰ ਜਾਈਏ ਅਸੀਂ ਉੱਥੇ ਰੌਲਾ ਪਈਏ ਫਿਰ ਵੀ ਕਹਿਣਗੇ ਜੀ ਬੇਅਦਬੀ ਕਰਤੀ ਜਦੋਂ ਮੈਂ ਗੋਲਕ 'ਤੇ ਬੈਠਾ ਸੀਗਾ ਮੈਂ ਰਾਈਟ ਵੇਅਰ ਨੂੰ ਕਿਹਾ ਮੈਂ ਕਿਹਾ ਦੇਖੋ ਮੈਂ ਕਿਹਾ ਗਰਮੀ 'ਚ ਇਹ ਕੰਮ ਹੋ ਰਹੇ ਹਾਂ ਮੈਂ ਕਿਹਾ ਰਾਈਟ ਵੇ ਸੁਖਾਸਨ ਕਰੋ ਰਾਈਟ ਵੇ ਬਾਬੇ ਨੇ ਉੱਥੇ ਜਿਹੜਾ ਬੈਠਾ ਸੀਗਾ ਬਾਬਾ ਜੀ ਦਾਬੇ ਉਹਨੇ ਸੁਖਾਸਨ ਰਾਈਟ ਵੇ ਕਰਤਾ ਸੀਗਾ ਬਾਕੀ ਗੱਲਾਂ ਮਾਰਨੇ ਜਿਹੜਾ ਮਰਜ਼ੀ ਕੋਈ ਮਰੀ ਜਾਵੇ ਜੀ ਅਜੇ ਤੁਹਾਨੂੰ ਕੋਈ ਲੱਗ ਨਹੀਂ ਰਿਹਾ ਕੋਈ ਗੱਲ ਕਲੋਜ਼ ਹੋ ਰਹੀ ਹੈ ਜਿਹਦੇ ਨਾਲ ਦੋਨੇ ਗਰੁੱਪ ਜਿਹੜੇ ਨਹੀਂ ਹਾਲੇ ਕੋਈ ਨਹੀਂ ਲੱਗਦਾ ਕਿਉਂਕਿ ਜਿਹੜੀਆਂ ਇਹ ਚਲਾਕੀਆਂ ਕਰਦੇ ਆ ਜੀ ਗੱਲ ਇਹ ਆ ਜਾਂ ਤਾਂ ਇਹ ਬੈਠ ਕੇ ਗੱਲ ਕਰਨ ਗੱਲ ਇਹ ਕਰਦੇ ਜਦੋਂ ਆਉਂਦੇ ਆ ਲੜਨ ਨੂੰ ਆਉਂਦੇ ਆ ਬਾਕੀ ਤਿੰਨ ਚਾਰ ਬੰਦੇ ਆ ਜੀ ਬਾਕੀ ਬਾਕੀ ਉਹਨਾਂ ਦੇ ਨਾਲ ਵੀ ਸੰਗਤ ਬਹੁਤ ਚੰਗੀ ਸੰਗਤ ਆ ਸਾਰੀ ਸਾਨੂੰ ਜਾਣਦੀ ਆ ਮੈਨੂੰ ਜਾਣਦੀ ਆ ਪਰਸਨਲੀ ਜਾਣਦੀ ਆ ਕੋਈ ਇਹੀ ਜੀ ਕੋਈ ਗੱਲ ਨਹੀਂ ਉਹ ਕਹਿੰਦੇ ਆ ਸਾਨੂੰ ਵੀ ਇਹ ਗਲਤ ਆ ਪਰ ਹੁਣ ਉਹ ਜਾਣੀ ਦੀ ਇੱਕ ਜਾਣੀ ਧੜੇਬਾਜੀ ਬਣੀ ਹੋਈ ਹੈ ਉਹ ਲੱਗੇ ਵੇ ਨਾਲ ਦੱਸੋ ਕੀ ਕਰਨ ਉਹ ਵੀ ਹੋਰ ਕੋਈ ਖਾਸ ਕਰ ਸਾਡੇ ਖਾਸ ਕਰਕੇ ਇਹੋ ਹੀ ਗੱਲ ਹੁੰਦੀ ਜਿਹੜੀ ਆਮ ਸੰਗਤ ਜਿਹਨੂੰ ਅਸੀਂ ਕਹਿ ਦਿੰਦੇ ਆ ਉਹ ਕਦੇ ਇਨਵੋਲਵ ਨਹੀਂ ਹੁੰਦੀ ਜਦੋਂ ਕਿ ਸਾਨੂੰ ਆਪਸ ਵਿੱਚ ਜਿਹੜੇ ਵਿਚਾਰ ਜਿਹੜੇ ਗਲਤ ਨੂੰ ਗਲਤ ਸਹੀ ਨੂੰ ਸਹੀ ਸਾਨੂੰ ਕਰਨੇ ਚਾਹੀਦੇ ਹਨ ਆਮ ਸੰਗਤ ਇਨਵੋਲਵ ਨਹੀਂ ਹੁੰਦੀ ਥੋੜੇ ਜਿਹੇ ਜਿਹੜੇ ਬੰਦੇ ਰਹਿ ਜਾਂਦੇ ਉਹਨਾਂ ਦੇ ਫਿਰ ਗਰੁੱਪ ਬਣ ਜਾਂਦੇ ਹਾਂਜੀ ਬਾਈ ਇਹੀ ਗੱਲ ਆ ਜੀ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਇੱਥੇ ਕਿੰਨੇ ਕੁ ਅਸੀਂ ਬੰਦੇ ਹਾਂ ਇੱਥੇ ਕਿੰਨਾ ਕੁ ਉਹ ਹੈਗਾ ਆਪਣੇ ਹੱਥਾਂ ਨਾਲ ਮਤਲਬ ਕਿ ਸਾਰਾ ਅਸੀਂ ਉਹੀ ਬੰਦੇ ਜਿਹੜੇ ਹੁਣ ਕਮੇਟੀ ਆ ਮੈਂ ਇਹ ਨਹੀਂ ਕਹਿੰਦਾ ਕਿ ਮਤਲਬ ਕਿ ਉਹ ਢਿੱਲੋਂ ਨੇ ਜਾਂ ਮਨਜੀਤ ਨੇ
या जिहड़े एक दो बंदे होर हैगे आ, एक अपना अरजिंदर सिंह फौजी सी, उहदा बेचारा बीमार ही रहिंदा, मैं तां देखिया ही नहीं, उह 4-5 महीने हो गए, ते पता नहीं इत्थे आ गए, इंडिया है वेर ही इज, ते पर जाने जी असीं बनाया बड़े उहदे नाल। और दूजी गल जिहड़ी सब प्रॉब्लम शुरू हुई आ जी, ढिल्लों दे अपना हरदयाल सिंह ढिल्लों दे जवाई तो हुई आ, क्योंकि उहदा नंबर सीगा निकलण दा 2011 दे विच, उह निकलिया नहीं, साडे कोल पेपर साइन होए आ। हरदयाल सिंह ढिल्लों ने कहा कि ना भाई जौली साहब भी साड़ी भी ये हैगा मेरा जवाई, कहना तुसी साड़ी प्लीज रिस्पेक्ट करो, भी साड़ियां तौलियां दाड़ियां। मैं कहा जी ठीक आ, कहना भी मैं आपे इनू मनाना है, ओदे साइन होए हुए ढिल्लों दे साडे कोले, सारा कुछ आ, मैं थोनू प्रूफ भेज दूंगा, बेशक पोस्ट कर दियो कि हाँ जी ये फरवरी दी फलानी तरीक नूं निकल जूगा, सारी कमेटियां दे साइन होए हुए, उन्हां दे बंदे भी बिच सीगे, उन्हां ने भी साइन कीते आ, पर पता नहीं इन्हां दे दिल च की आ, कि की इन्हां नूं लालच आ उत्ते, कि मतलब के हैगा। ये तो सब कुछ जी बैठ के जी, खास करके जी लोकल कम्युनिटी, जी लोकल संगत है, सब तो बेस्ट वे ये होंगे कि वो आपस बैठ के कर, क्योंकि जे बाहरों कोई भी असी बैठने नूं कमेटियां तैयार हां जी, जथेबंदियां जैसे सारे जिहड़े जाने तीन हैं। चार बंदे आ, ये बैठन नहीं दिंदे संगत नूं, ये कुछ ना कुछ, कोई ना कोई मतलब के, सानू तां कहने आ गोलक चोर, भी गोलक ते बैठे आ। 2008 के 9 दे विच मैं ब्रांड न्यू $17,000 दा ट्रैक्टर लैके दिता जॉन डियर दा, ते पर उत्थे की होया जी के इहना इक उत्थे नाल अपने सरबण सिंह हैगा, उहने पिछे बनाया सीगा कोई प्ले ग्राउंड बच्चों दे उहदे वास्ते, उहदे उहनां ने पैसे नहीं दित्ते, वो ट्रैक्टर चोरी हो गया, अज तक सानू ये नहीं पता लग्या भी वो ट्रैक्टर कितने गया, वो कराया सरबण सिंह ने चोरी, आपां नां लै के कहने आ। चलो, ये जिहड़ियां ये बाकी होर बहुत इदां दीआं जिहड़ियां गल्लां बातां बड़ा बड़ा लंबा समां कर सकदे हां। सो होर जे तुसीं कोई अपने वालों कोई कोई गल्लबात करनी चाहो, क्योंकि उस दिन जिहड़ी साडा मेन अज्ज इह वी सी तुहानूं क्वेश्चन पुछण दा, मतलब कि उस दिन तुहाडे वालों जिहड़ा गोलक दे उत्ते बैठा सी, की रीजन सी, होर की अखीर दे विच की कहना चाहोगे अपनी सारी संगत नूं अते साडी सारी सिख कौम नूं। नहीं ठीक है जी, साढ़े साडा तो मेरा तो यही है जी, भी जने वधिया तरीके नाल गुरद्वारा चलाइए जी, मतलब ये नहीं, असी तो कदे आंदे ही नहीं जी, साढ़े कोल टाइम ही नहीं है ये काम दे वास्ते, ते पर लेकिन जदों कई बारी हुण आले दुआले तो या कोई गलबात हुंदी आ, ते अपने नाल दियां दा भी फिर साथ देना पैंदा, ते इस करके मैं फिर सब तो मूहरे सीगा, ये कोई उहदे च कोई गल नहीं हैगी, भी जाने दी मतलब भी काम तो ठीक करना ही है जी, थोड़ा जहा औखा है, सानू रास्ता औखा लेना पै रहा है, पर चलो कोई नहीं, हो जूगा ठीक, कोई गल नहीं, शायद उन्होंने भी रब समत बख्शे ते सानू भी बख्शे, मतलब आप उन्होंने नहीं कह सकते कसूर, साढ़े भी है थोड़े जे, आप एवं मतलब दूजे बंदे मैं कहाँ जी, उन्होंने ही है, बाकी एक गल महसूस हैगी करते हो, तुसी भी महसूस करते हो। बिल्कुल महसूस करते हैं जी, मतलब कि कोई मतलब कोई ये नहीं है, चंगा बिजनेस चलता, सारा कुछ है, रब ने सब कुछ दिता, पर इस गल्ला पिछे थोड़ा ना दिता भी जाके असी उत्थे गुरुद्वारे रौला पाइए है कोई गल। और दूजी सब तो बड़ी साडी प्रॉब्लम एक इत्थे है जी, ये साडी ऑपोजिट पार्टी दियां जिहड़ियां बीबियां है ना, अद्धे फैसले का ये नहीं होण दिंदियां, ये गालां बहुत कढ़दियां सानू, ठीक है जी, फिर गुस्से जाके असी भी कुछ ना कुछ कह दीदा, असी कहड़ा फिर गां दुध धोते हैं कोई गल, असी भी कर दीदा कम जा। परमात्मा के वाहिगुरु अगे अरदास करते हैं कि ये जेडे गुरु घर के जेडे मसले ने, उत्थों दियां संगतां उत्थे तक ही रहन, बाहर जिहड़ा जिहड़ा दूर दूर तक जिहड़ियां वीडियो जांदियां उह ना जान, तो गुरु घर दियां जिहड़ियां कमेटियां प्यार सत्कार नाल, तां ही जिहड़ी साडी आउण वाली नवीं जनरेशन है उहनां दे उत्ते असीं तां ही उहनां नूं मैसेज दे सकां। सो बहुत बहुत धन्नवाद जी, वाहिगुरु जी का खालसा, वाहिगुरु वाहिगुरु जी जी की की फतह। फतेह जी।